ਤਸਵੀਰਾਂ ਨੇ ਤਾਮਿਲਨਾਡੂ ਦੀਆਂ ਜਿੱਥੇ ਸ਼ਰਤ ਹਾਰਨ ਤੋਂ ਬਾਅਦ ਭਾਜਪਾਈ ਵਰਕਰ ਨੇ ਸਿਰ ਮੁੰਡਵਾਇਆ। ਸ਼ਰਤ ਲੱਗੀ ਸੀ ਭਾਜਪਾ ਪ੍ਰਦੇਸ਼ ਪ੍ਰਧਾਨ ਅੰਨਾ ਮਲਾਈ ਜੋ ਕਿ ਕੋਇੰਬਟੂਰ ਸੀਟ ਤੋਂ ਉਮੀਦਵਾਰ ਸਨ ਉਹਨਾਂ ਦੀ ਜਿੱਤ ਨੂੰ ਲੈ ਕੇ, ਲੇਕਿਨ ਅੰਨਾ ਮਲਾਈ ਹਾਰ ਗਏ। ਸੋ ਜੈ ਸ਼ੰਕਰ ਜੋ ਕਿ ਭਾਜਪਾਈ ਵਰਕਰ ਸੀ ਉਹ ਸ਼ਰਤ ਵੀ ਹਾਰ ਗਿਆ। ਨਤੀਜੇ ਆਉਣ ਤੋਂ ਬਾਅਦ ਜੈ ਸ਼ੰਕਰ ਨੇ ਕਸਬੇ ਦੇ ਬਾਜ਼ਾਰ ਦੇ ਵਿੱਚ ਜਾ ਕੇ ਸਿਰ ਮੁਨਵਾ ਲਿਆ। ਦਰਅਸਲ ਤਾਮਿਲਨਾਡੂ ਦੀ ਕੋਇੰਬਟੂਰ ਸੀਟ ਤੋਂ ਭਾਜਪਾ ਦੇ ਸੂਬਾ ਪ੍ਰਧਾਨ ਅੰਨਾ ਮਲਾਈ ਦੀ ਹਾਰ ਹੋਈ ਹੈ, ਜਿਨ੍ਹਾਂ ਨੂੰ DMK ਦੇ ਗਣਪਤੀ ਰਾਜ ਕੁਮਾਰ ਪੀ ਨੇ 1,18,068 ਵੋਟਾਂ ਨਾਲ ਹਰਾਇਆ। ਭਾਜਪਾ ਵਰਕਰ ਜੈ ਸ਼ੰਕਰ ਨੇ ਦੋਸਤਾਂ ਨਾਲ ਸ਼ਰਤ ਲਗਾਈ ਸੀ ਕਿ ਜੇਕਰ ਅੰਨਾ ਮਲਾਈ ਕੋਇੰਬਟੂਰ ਲੋਕ ਸਭਾ ਸੀਟ ਤੋਂ ਨਾ ਜਿੱਤੇ ਤਾਂ ਉਹ ਸਿਰ ਮੁੰਡਵਾ ਲਏਗਾ, ਤੇ ਨਤੀਜੇ ਆਉਣ ਤੋਂ ਬਾਅਦ ਜੈ ਸ਼ੰਕਰ ਨੂੰ ਸ਼ਰਤ ਮੁਤਾਬਕ ਸਿਰ ਮੁੰਡਵਾਉਣਾ ਪਿਆ।